ਕਰਮਜੀਤ ਸਿੰਘ ਔਜਲਾ ਦੀ ਕਹਾਣੀ ਦੇਰ ਦਰੁਸਤ ਉਹਦੇ ਹੱਥ 'ਚ ਗੁਰਦੁਆਰੇ ਤੋਂ ਮਿਲਿਆ ਪ੍ਰਸ਼ਾਦ ਸੀ ਥੋੜੇ ਜਿਹਾ ਕੜਾ ਪ੍ਰਸ਼ਾਦ ਨੂੰ ਸ਼ਰਦਾ ਨਾਲ ਸੰਭਾਲੀ ਉਹ ਕਾਲੇ-ਕਾਲੇ ਪੈਰ ਪੁੱਟ ਦੀ ਗੁਰਦੁਆਰੇ ਓਂਕਾਰਵਲ ਮੁੜ ਰਹੀ ਸੀ ਘਰ ਨੂੰ ਪਰਤਦੇ ਅੰਕ ਕਾਲੀ-ਕਾਲੀ ਚੋਂ ਉਹ ਤੁਰਦੀ ਨੂੰ ਲੱਗਦਾ ਕਿ ਉਹ ਭਰੋਸਾ ਤੇ ਸ਼ਕਤੀ ਜਿਹਦਾ ਸੰਚਾਰ ਉਹਦੇ ਗੁਰਦੁਆਰੇ ਪਾਠ ਕਰਦੇ ਆਂ ਤੇ ਸੁਣਦੇ ਆ ਹੁੰਦਾ ਜਿਵੇਂ ਘਟ ਰਿਹਾ ਹੋਵੇ ਤਾਂ ਇਸ ਭਰੋਸੇ ਤੇ ਸ਼ਕਤੀ ਦੀ ਲੋੜ ਆਪਣੇ ਘਰ ਬਹੁਤੀ ਸਮਝਦੀ ਸੀ ਪਰੇਕੀ ਘਰ ਤੱਕ ਪਹੁੰਚਦਿਆਂ ਤਾਂ ਉਹ ਆਪਣੇ ਆਪ ਨੂੰ ਸ਼ਕਤੀਹੀਨ ਤੇ ਭਰੋਸੇ ਰਹਿਤ ਮਹਿਸੂਸ ਕਰਨ ਲੱਗ ਪੈਂਦੀ। ਕਿ ਉਹਦੀਆਂ ਅਰਦਾਸਾਂ ਵਿਅਰਥ ਜਾਣ ਗਈਆਂ। ਉਹਦਾ ਪਤੀ ਸ਼ਰਾਬ ਦੀ ਕੈਦ ਤੋਂ ਕਦੀ ਨਹੀਂ ਛੁੱਟੇਗਾ। ਉਹ ਆਪਣੇ ਪਤੀ ਕੋਲੋਂ ਇਸੇ ਤਰ੍ਹਾਂ ਹੀ ਡਰਦੀ, ਬੇਇੱਜ਼ਤ ਹੁੰਦੀ ਝਟਕਾਂ ਖਾਂਦੀ ਰਹੇਗੀ। ਕਿ ਵਾਹਿਗੁਰੂ ਵੀ ਉਹਦਾ ਦੁੱਖ ਦੂਰ ਕਰਕੇ ਉਹਨਾਂ ਦੇ ਘਰ ਸੁੱਖ ਸ਼ਾਂਤੀ ਨਹੀਂ ਲਿਆਏਗਾ। ਉਹਦੇ ਘਰ ਦੀ ਦੂਰੀ ਜਿਉਂ-ਜਿਉਂ ਹੋਰ ਘਟਦੀ, ਉਹਦਾ ਦਿਲ ਡਰ ਥਲੇ ਦਬਦਾ ਜਾਂਦਾ। ਗੁਰਦੁਆਰੇ ਚਰਦਾਸਾਂ ਤੇ ਸ਼ਰਦਾ ਕਾਰਨ ਆਇਆ ਹੋਇਆ ਭਰੋਸਾ ਤੇ ਬਾਲੋ ਦੀ ਖੂੰਖਾਰ ਤੇ ਜ਼ਬਰਪਤੀ ਦੇ ਡਰ ਕਾਰਨ ਕਿਤੇ ਲੁਪਤੀ ਹੋ ਜਾਂਦਾ ਉਹਦਾ ਜੀ ਕਰਦਾ ਉਹ ਰੱਬ ਨੂੰ ਆਖੇ ਕਿ ਉਹਦੇ ਘਰ ਵਾਲੇ ਅੱਗੇ ਤਾਂ ਉਹ ਰੱਬ ਦਾ ਜ਼ੋਰ ਵੀ ਨਹੀਂ ਚੱਲ ਸਕਦਾ ਇਹ ਸੋਚ ਤੋਂ ਡਰ ਜਾਂਦੀ ਕਿ ਕਿਤੇ ਉਹਦੇ ਘਰ ਵਾਲੇ ਤੇ ਕੋਈ ਰੱਬ ਕਰੂਪੀ ਨਾ ਆ ਜਾਏ ਰੱਬੋਂ ਕਰੂਪੀ ਨਾ ਆ ਜਾਏ ਉਹ ਤਨੋਂ ਮਨੋਂ ਆਪਣੇ ਘਰ ਵਾਲੇ ਦਾ ਭਲਾ ਚਾਹੁੰਦੀ ਸੀ ਇਸੇ ਵਾਸਤੇ ਤਾਂ ਉਹ ਬਿਨਾਂ ਨਾਗਾ ਗੁਰਦੁਆਰੇ ਜਾਂਦੀ ਅਰਦਾਸਾਂ ਕਰਦੀ ਗੁਰਦੁਆਰੇ ਸੁਖੀਕਰਾਂ ਦੇ ਪਤੀ ਪਤਨੀ ਇਕੱਠੇ ਮੱਥਾ ਆਈ ਟੇਕ ਵੇਖ ਉਹਦੇ ਮਨੋਂ ਇੱਕ ਤੜਪ ਭਰੀ ਅਰਦਾਸ ਉੱਠਦੀ ਕਿ ਵਾਹਿਗੁਰੂ ਜੀ ਪਤੀ ਨੂੰ ਵੀ ਉਹਦੇ ਨਾਲ ਉਸੇ ਤਰ੍ਹਾਂ ਗੁਰਦੁਆਰੇ ਲਿਆਵੇ ਉਹ ਘਰ ਦੇ ਦਰਵਾਜ਼ੇ ਅੱਗੇ ਆ ਪਹੁੰਚਦੀ ਲੋਹੇ ਦਾ ਗੇਟ ਖੋਲਣ ਲੱਗਿਆਂ ਆਵਾਜ਼ ਕਰਦਾ ਸੀ ਉਹਨੂੰ ਡਰ ਹੁੰਦਾ ਕਿ ਇਸ ਆਵਾਜ਼ ਤੋਂ ਉਹਦੇ ਪਤੀ ਨੂੰ ਉਹਦੇ ਆਉਣ ਦਾ ਪਤਾ ਲੱਗੇਗਾ ਉਹਦੀ ਬੱਕ ਬੱਕ ਸ਼ੁਰੂ ਹੋ ਜਾਏਗੀ ਕਿਉਂਕਿ ਪਤੀ ਦੇਵ ਨੂੰ ਬੈਟੀ ਤੇ ਅਖਬਾਰ ਬਿਸਤਰੇ 'ਚ ਨਹੀਂ ਸੀ ਮਿਲੀ ਜੇ ਕੋਈ ਨਾ ਉਠਾਵੇ ਫਿਰ ਤਾਂ ਭਾਵੇਂ ਉਹਦਾ ਪਤੀ ਦੁਪਹਿਰ ਤੱਕ ਵੀ ਨਾ ਉੱਠੇ ਪਰ ਜੇ ਕਿਸੇ ਖੜਾਕ ਕਰਕੇ ਉਹਦੀ ਨੀਂਦ ਟੁੱਟ ਗਈ ਤਾਂ ਅਮਰਤ ਵੇਲੇ ਵੀ ਉਹਦੇ ਮੂੰਹੋਂ ਗੰਦ ਨਿਕਲਣ ਲੱਗ ਜਾਏਗਾ ਉਹਦੀ ਉੱਚੀ ਬੋਲਣ ਨਾਲ ਉਹਨਾਂ ਦੇ ਦੋਵੇਂ ਬੱਚੇ ਵੀ ਤਰਭ ਕੇ ਜਾਗ ਪੈਣਗੇ ਤੇ ਸਵੇਰ ਦਾ ਸਹਿਮ ਬੱਚਿਆਂ ਨੂੰ ਸਾਰਾ ਹੀ ਦਿਨ ਸਹਿਮੀ ਰੱਖੇਗਾ ਇਸ ਨਿਤ ਦੇ ਦੁਖਾਂਤ ਨੂੰ ਟਾਲਣ ਦਾ ਉਹ ਨਿਤਾ ਪ੍ਰਤੀ ਯਤਨ ਕਰਦੀ ਇਤਿਆਦ ਵੱਜੋਂ ਉਹ ਗੇਟ ਹੌਲੀ-ਹੌਲੀ ਬੇਅਵਾਜ਼ ਵਿਧੀ ਨਾਲ ਖੋਲਣ ਦਾ ਯਤਨ ਕਰਦੀ ਇਸ ਕੰਮ 'ਚ ਮਿਲੀ ਸਫਲਤਾ ਤੋਂ ਉਹ ਬੜੀ ਤਸੱਲੀ ਹੁੰਦੀ। ਇਸੇ ਤਰ੍ਹਾਂ ਕੱਟਦੀ ਜਾ ਰਹੀ ਸੀ ਉਹ ਜ਼ਿੰਦਗੀ ਦਾ ਵਿਖੜਾ ਪੈਂਡਾ। ਘਰ ਵਾਲੇ ਦੀ ਸ਼ਰਾਬ 'ਚ ਕੋਈ ਫਰਕ ਨਾ ਪਿਆ। ਨਾ ਹੀ ਉਹਦੇ ਫਿਕਰ ਘਟੀ। ਵੱਡੇ ਹੋ ਰਹੇ ਮੁੰਡੇ ਤੇ ਕੁੜੀ ਦੀ ਤੇ ਪਿਓ ਦੀ ਸ਼ਰਾਬ ਤੇ ਮੰਦੇ ਬੋਲਾਂ ਤੋਂ ਚਿੰਤਾਤੁੱਰ ਰਹਿੰਦੀ। 9 ਸਾਲਾਂ ਦਾ ਮੁੰਡਾ 7 ਸਾਲਾਂ ਦੀ ਕੁੜੀ ਉੱਤੇ ਕਿੰਨਾ ਮਾੜਾ ਪ੍ਰਭਾਵ ਪਾ ਰਿਹਾ ਸੀ। ਉਹਦੇ ਘਰ ਵਾਲੇ ਦੀ ਸ਼ਰਾਬ ਦਾ ਸ਼ਰਾਬ ਪੀਣ ਤੋਂ ਪਿੱਛੋਂ ਭਾਂਡੇ ਭਾਂਦਾ ਉਹਦੇ ਪੇਕਿਆਂ ਤੇ ਮਾਪਿਓ ਨੂੰ ਕਈ ਕੁਝ ਆਖਿਆ ਜਾਂਦਾ ਕੰਜਰਾਂ ਸਹਰਿਆਂ ਨੇ ਮੈਨੂੰ ਦਿੱਤਾ ਕੀ ਹੈ ਸ਼ਰਾਬ ਤੂੰ ਪੇਕਿਆਂ ਤੋਂ ਨਹੀਂ ਲਿਆ ਕੇ ਦਿੰਦੀ ਮੈਨੂੰ ਇਸ ਤਰ੍ਹਾਂ ਦੀ ਬਕਵਾਸ ਹੁੰਦੀ ਰਹਿੰਦੀ ਉਹ ਆਪਣੀਆਂ ਗਵੰਡਣਾਵਾਂ ਦੀਆਂ ਨਜ਼ਰਾਂ ਚ ਬੇਇੱਜ਼ਤ ਜਿਹੜੀਆਂ ਛੋਟੀਆਂ-ਛੋਟੀਆਂ ਕੰਧਾਂ ਉੱਤੋਂ ਦੀ ਸਭ ਕੁਝ ਸੁਣਦੀਆਂ ਸਨ ਕੋੜੇ ਘੁੱਟ ਭਰ ਕੇ ਅਤਰੂ ਡੋਲਦੀ ਨਿਆਣੇ ਡਰੇ ਸਹਿਮੇ ਦੁਬਕੇ ਰਹਿੰਦੇ ਨਿਆਣਿਆਂ ਦੀ ਪੜ੍ਹਾਈ ਲਿਖਾਈ ਤੇ ਵਾਧੇ ਤੇ ਬੁਰਾ ਅਸਰ ਪੈ ਚੁੱਕਾ ਸੀ ਜੀ ਉਹ ਆਪਣੇ ਪੇਕੇ ਜਾ ਕੇ ਆਪਣੇ ਘਰ ਦਾ ਹਾਲ ਦੱਸੇ ਤਾਂ ਗੱਲ ਹੋਰ ਵਿਗੜੇਗੀ ਮਾਪਿਓ ਚਿੰਤਾ ਦੇ ਸ਼ਿਕਾਰ ਹੋਣਗੇ ਉਹਦਾ ਭਰਾ ਉਹਦੇ ਘਰ ਵਾਲੇ ਨੂੰ ਸਮਝਾਉਣ ਦਾ ਯਤਨ ਕਰੇਗਾ ਸਾਲੇ ਪਣਵਈਏ ਵਿੱਚ ਤਕਰਾਰ ਹੋਏਗੀ ਭਰਾ ਤਾਂ ਮੁੜ ਜਾਏਗਾ ਪਰ ਘਰ ਵਾਲਾ ਪਹਿਲਾਂ ਨਾਲੋਂ ਵਿਵਾਦ ਕਰਕ ਜਾਏਗਾ ਇਹ ਸਭ ਨੂੰ ਸੋਚ ਕੇ ਆਪਣੇ ਪੇਕੇ ਕਦੀ ਗੱਲ ਨਹੀਂ ਸੀ ਕਰਦੀ ਉਹਦੇ ਦੁੱਖ ਸੁੱਖ ਦਾ ਇਜ਼ਹਾਰ ਕੇਵਲ ਅਰਦਾਸ ਟੀ ਹੁੰਦਾ ਆਪਣੇ ਦੁੱਖ ਉਹ ਇਕੱਲੀ ਸਹੀ ਜਾ ਰਹੀ ਸੀ ਅਰਦਾਸ ਸੁਣੇ ਜਾਣ ਦੀ ਉਹਦੀ ਉਡੀਕ ਲੰਮੀ ਹੁੰਦੀ ਜਾ ਰਹੀ ਸੀ ਦਿਨ ਲੰਘਦੇ ਗਏ ਨਿਰਾਸ਼ਾ ਦੀਆਂ ਬਦਲੀਆਂ ਉਸੇ ਤਰ੍ਹਾਂ ਛਾਈਆਂ ਰਹੀਆਂ ਨਿਆਣਿਆਂ ਦੇ ਚਿਹਰੇ ਤੇ ਉਹੀ ਬੇਰੌਣਕੀ ਤੇ ਮਨ ਚ ਸਹਿਮ ਕੁਝ ਵੀ ਤਾਂ ਤਸੱਲੀ ਵਾਲਾ ਨਹੀਂ ਸੀ ਪੈਸੇ ਦੀ ਵੀ ਤੰਗੀ ਆ ਗਈ ਸੀ ਸ਼ਰਾਬ ਦੇ ਕਾਰਨ ਆਸ ਦੀ ਰੌਸ਼ਨੀ ਕਿਧਰੋਂ ਨਹੀਂ ਸੀ ਫਿਰ ਵੀ ਗੁਰਦੁਆਰੇ ਜਾਣ ਦੇ ਨਿੱਤ ਨੇਮ ਨੂੰ ਨਾ ਉਹਨੇ ਛੱਡਿਆ ਨਾਇਓ ਛੱਡਣਾ ਚਾਹੁੰਦੀ ਸੀ ਉਹੀ ਤਾਂ ਕੁਝ ਵਕਤ ਸੀ ਜਦੋਂ ਉਹਨੂੰ ਕੁਝ ਚੈਨ ਮਿਲਦਾ ਤੇ ਅਰਦਾਸ ਦੀ ਪੂਰਤੀ ਬਾਰੇ ਉਹਨੂੰ ਆਸ ਵੱਜਦੀ ਸਾਰੇ ਸ਼ਹਿਰ 'ਚ ਵਾਇਰਲ ਫੀਵਰ ਫੈਲ ਗਿਆ ਉਹਦੇ ਘਰ ਵਾਲਾ ਵੀ ਬੁਖਾਰ ਦਾ ਸ਼ਿਕਾਰ ਹੋ ਗਿਆ ਸੀ 104 ਡਿਗਰੀ ਤੇ ਉਹ ਤੰਦੂਰ ਵਾਂਗ ਤਪਦਾ ਉਹਦਾ ਬਹੁਤ ਬਕੜਵਾ ਕਰਦਾ ਸਭ ਕੁਝ ਜਰਦੀ ਤੇ ਸੇਵਾ ਕਰੀ ਜਾਂਦੀ ਨਿਤਨੇਮ ਨਾਲ ਗੁਰਦੁਆਰੇ ਵੀ ਜਾਂਦੀ ਆਪਣੇ ਰੱਬ ਨੂੰ ਆ ਕੇ ਮੇਰਾ ਬੁਖਾਰ ਉਤਰਵਾ ਦਿੰਦੇ ਹੋ बुखार ਦੇ ਚੌਥੇ ਦਿਨ ਬੜੇ ਭੈੜੇ ਅੰਦਾਜ਼ 'ਚ ਉਹਦਾ ਪਤੀ ਬੋਲਿਆ ਸੀ। ਉਹਦੇ ਮੂੰਹ ਦਾ ਸਵਾਦ ਬਹੁਤ ਹੀ ਖਰਾਬ ਸੀ। ਉਹ ਉਹਨੂੰ ਖਿਚੜੀ ਖਵਾਉਣ ਦਾ ਯਤਨ ਕਰ ਰਹੀ ਸੀ। ਉਹਨੇ ਬਿਸਤਰੇ 'ਚ ਬੈਠੇ ਨੇ ਖਿਚੜੀ ਦਾ ਇੱਕ ਚਮਚ ਮੂੰਹ 'ਚ ਪਾਇਆ। ਬਹੁਤ ਚੰਗੀ ਖਿਚੜੀ ਵੀ ਬੁਖਾਰ ਤੇ ਦਵਾਈਆਂ ਕਾਰਨ ਉਹਨੂੰ ਬਹੁਤ ਖਰਾਬ ਲੱਗੀ। ਉਹਨੇ ਖਿਚੜੀ ਦੀ ਕਟੋਰੀ ਕੰਧ ਨਾਲ ਮਾਰੀ ਤੇ ਖਿਚੜੀ ਤੇ ਚੀਨੀ ਮਿੱਟੀ ਦੇ ਟੁਕੜੇ ਕਮਰੇ 'ਚ ਖਿੱਲਰ ਗਏ। ਅਗਲੀ ਸਵੇਰ ਫਿਰ ਗੁਰਦੁਆਰੇ ਗਈ। ਅਗਲੇ ਦਿਨ ਵੀ ਉਹਦੇ ਘਰ ਵਾਲੇ ਨੇ ਬਥੇਰੀ ਬਕਵਾਸ ਕੀਤੀ ਸੀ। ਉਦੇ ਦਫਤਰ ਨਾ ਜਾਣ ਕਰਕੇ ਘਰ ਹੋਰ ਵੀ ਨਰਕ ਬਣ ਗਿਆ ਸੀ 6ਵੇਂ ਦਿਨ ਉਹਦਾ ਬੁਖਾਰ ਉਤਰ ਗਿਆ 7ਵੇਂ ਦਿਨ ਐਤਵਾਰ ਸੀ 8ਵੇਂ ਦਿਨ ਉਹ ਦਫਤਰ ਗਿਆ ਸਾਥੀਆਂ ਨੂੰ ਮਿਲ ਕੇ ਉਹ ਬੁਖਾਰ ਭੁੱਲ ਗਿਆ ਲੰਚ ਤੇ ਉਹ ਤੇ ਉਹਦੇ ਦਫਤਰ ਦੇ ਸਾਥੀ ਬੈਠੇ ਉਹਦੇ ਆਉਣ ਤੇ ਰਾਜ਼ੀ ਹੋਣ ਦੀ ਖੁਸ਼ੀ ਚ ਜਸ਼ਨ ਦੀ ਸਲਾਬੜੀ ਇੱਕ ਬੋਤਲ ਆ ਗਈ ਕੈਂਟੀਨ ਚ ਹੀ ਪੀਤੀ ਗਈ ਸਾਰੇ ਸਾਥੀ ਲੰਚ ਤੋਂ ਬਾਅਦ ਆਪੋ ਆਪਣੀਆਂ ਕੁਰਸੀਆਂ ਤੇ ਆ ਬੈਠੇ ਬਿਮਾਰੀ ਤੋਂ ਉੱਠਣ ਕਰਕੇ ਕਮਜ਼ੋਰੀ ਤੇ ਸੀ ਉਹ ਕੁਰਸੀ ਤੇ ਬੈਠਦੇ ਆ ਹੀ ਆਪਣਾ ਸਿਰ ਭਾਰਾ ਮਹਿਸੂਸ ਕਰ ਰਿਹਾ ਸੀ ਚਲਦੇ ਪੱਖੇ ਹੇਠਾਂ ਉਹਨੂੰ ਛੇਤੀ ਨੀਂਦ ਨੇ ਦਬੋਚ ਲਿਆ ਉਹਦੇ ਡੌਲੇ ਤੋਂ ਫੜ ਕੇ ਕੋਈ ਉਹਨੂੰ ਹਿਲਾ ਰਿਹਾ ਸੀ ਉਹਦੀ ਨੀਂਦ ਟੁੱਟੀ ਉੱਠ ਕੇ ਖੜਾ ਹੋਇਆ ਉਹਨੂੰ ਹਿਲਾ ਕੇ ਕੁਰਸੀ ਤੇ ਸੁੱਤੇ ਨੂੰ ਜਗਾਉਣ ਵਾਲਾ ਫਲਾਈਂਗ ਸਕੁਆਇਰ ਦਾ ਅਪਸਰ ਔਨ ਸਪੈਸ਼ਲ ਡਿਊਟੀ ਸੀ ਦਫ਼ਤਰ 'ਚ ਡਿਊਟੀ ਸਮੇਂ ਸ਼ਰਾਬ ਪੀ ਕੇ ਸੌਣਾ ਅਫਸਰ ਨੇ ਕਾਰਵਾਈ ਕੀਤੀ ਉਹਨੂੰ ਸਸਪੈਂਡ ਕਰਤਾ ਗਿਆ। ਕੋਈ ਖਫਤਾਕਾਰੀ ਪਿਆਰਿਆ ਨੌਕਰੀ ਹੁੰਦੀ ਆ ਉਹਨੇ ਕਦੇ ਨੌਕਰੀ ਦੀ ਮਹੱਤਤਾ ਨੂੰ ਨਹੀਂ ਸਮਝਿਆ। ਚਾਰੇ ਪਾਸਿਓਂ ਉਹਦੇ ਤੇ ਤ੍ਰਿਸਕਾਰ ਭਰੀਆਂ ਨਜ਼ਰਾਂ ਹੀ ਪੈਂਦੀਆਂ। ਪਛਤਾਵੇ ਨੇ ਉਹਨੂੰ ਘੇਰ ਲਿਆ ਸੀ। ਸ਼ਰਾਬ ਮੁੱਕ ਚੁੱਕੀ ਸੀ, ਹੋਰ ਲੈਣ ਲਈ ਪੈਸੇ ਨਹੀਂ ਸੀ। ਨੌਕਰੀਆਂ ਬਰਖਾਸਤ ਸੀ। ਕੋਈ ਉਹਨੂੰ ਹੁਣ ਸ਼ਰਾਬ ਕਿਉਂ ਪਿਉਂਦਾ? ਘਰ ਖਾਣ ਨੂੰ ਪੈਂਦਾ ਸੀ। ਪਤਨੀ ਉਦਾਸ ਤੇ ਬੱਚੇ ਸਹਿਮੀ ਹੋਏ। ਤਨਖਾਹ ਤਾਂ 15 ਤਰੀਕ ਤੱਕ ਹੀ ਮੁੱਕ ਜਾਂਦੀ ਸੀ। ਥੋੜਾ ਨੇ ਨਿਰਾਸ਼ਾ ਹੋਰ ਵੀ ਗਹਿਰੀ ਕਰਤੀ। ਉਹਦੇ ਘਰ ਵਾਲੀ ਨਿਤਨੇਮ ਨਾਲ ਗੁਰਦੁਆਰੇ ਜਾ ਰਹੀ ਸੀ। ਉਹਨੂੰ ਘਰ ਖਾਣ ਨੂੰ ਆ ਰਿਹਾ ਸੀ। ਬੱਚੇ ਅਜੇ ਸੁੱਤੇ ਸਨ। ਘਰ ਵਾਲੀ ਗੁਰਦੁਆਰੇ ਜਾ ਚੁੱਕੀ ਸੀ। ਉਹ ਜਾਗ ਚੁੱਕਾ ਸੀ। ਉਹ ਛੇਤੀ ਛੇਤੀ ਨਾ ਕੇ ਘਰੋਂ ਬਾਹਰ ਨਿਕਲਿਆ ਤੇ ਝਾਟੀ ਗੁਰਦੁਆਰੇ ਸੰਗਤ ਦੀ ਅਰਦਾਸ 'ਚ ਸ਼ਾਮਲ ਸੀ। ਅਰਦਾਸ ਹੋ ਰਹੀ ਸੀ। ਉਹ ਵੀ ਹੱਥ ਜੋੜੀ ਖੜਾ ਸੀ। ਸਰਬੱਤ ਦੇ ਸਭ ਕਾਰਜ ਰਾਜ ਰਾਸ ਕਰਨੇ ਵਾਹਿਗੁਰੂ ਜੀ ਸਰਬੱਤ ਨੂੰ ਸੁਮਤ ਬਖਸ਼ਨੀ ਅਰਦਾਸੀਆ ਅਰਦਾਸ ਤੇ ਸ਼ਬਦ ਬੋਲ ਰਹੀ ਸੀ ਉਹਦਾ ਮਨ ਟੰਬਿਆ ਗਿਆ ਮੈਂ ਤਾਂ ਸ਼ੁਭ ਕਰਤਵ ਦਾ ਫਲ ਭੁਗਤ ਰਿਆ ਸੁਮਤ ਤਾਂ ਮੈਂ ਕਦੇ ਸੋਚੀ ਹੀ ਨਹੀਂ ਉਹਦੇ ਅੰਦਰ ਵਿਚਾਰ ਆ ਰਹੇ ਸਨ ਤੇ ਡੂੰਗੇ ਪਛਤਾਵੇ ਵਿੱਚ ਸੀ ਉਹਦੀ ਨਜ਼ਰ ਅਰਦਾਸ 'ਤੇ ਖੜੀ ਆਪਣੀ ਘਰ ਵਾਲੀ ਤੇ ਪਈ ਇਹਨੇ ਵਿਚਾਰੀ ਨੇ ਕੀ ਕਸੂਰ ਕੀਤਾ ਇਹ ਸਦਾ ਸੁਮਤ ਤੇ ਹੀ ਚਲਦੀ ਰਹੀ ਉਨੇ ਆਪਣੇ ਆਪ ਨੂੰ ਆਪਣੀ ਪਤਨੀ ਦਾ ਗੁਨਾਹਗਾਰ ਸਮਝਿਆ ਤੇ ਉਹਦਾ ਜੀ ਕੀਤਾ ਉਹ ਆਪਣੀ ਪਤਨੀ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ 'ਚ ਖੜਾ ਹੋ ਜਾਏ। ਉਹਦੀ ਪਤਨੀ ਘਰ ਆਈ ਉਹਨੂੰ ਘਰ ਨਾ ਵੇਖ ਕੇ ਉਹ ਹੈਰਾਨ ਸੀ। ਸਦਾ ਮਹਿਸੂਸ ਕੀਤੀ ਜਾਣ ਵਾਲੀ ਸ਼ਰਮਿੰਦਗੀ ਜਿਹੜੀ ਬਰਖਾਸਤ ਸ਼ਰਾਬੀ ਪਤੀ ਦੀ ਪਤਨੀ ਹੋਣ ਕਰਕੇ ਸੀ ਉਹ ਗੁਰਦੁਆਰੇ ਸਦਾ ਹੀ ਨੀਵੀਂ ਪਾਈ ਰੱਖਦੀ ਸੀ। ਉਹ ਗੁਰਦੁਆਰੇ ਆਪਣੇ ਪਤੀ ਨੂੰ ਨਹੀਂ ਸੀ ਵੇਖ ਸਕੀ। ਲਓ ਪ੍ਰਸ਼ਾਦ ਉਹਦਾ ਘਰ ਵਾਲਾ ਅੰਦਰ ਦਾਖਲ ਹੋਇਆ ਸੀ। ਉਦੇ ਹੱਥ ਵਿੱਚ ਗੁਰਦੁਆਰੇ ਦਾ ਪ੍ਰਸ਼ਾਦ ਵੇਖ ਕੇ ਉਹ ਹੈਰਾਨ ਤੇ ਨਿਹਾਲ ਹੋ ਗਈ। ਉਹਦੇ ਦੋਵੇਂ ਹੱਥ ਪ੍ਰਸ਼ਾਦ ਲੈਣ ਲਈ ਅੱਗੇ ਵਧਾ ਦਿੱਤੇ। ਅੱਖਾਂ ਮੀਟ ਕੇ ਹੱਥ ਜੋੜ ਕੇ ਅੱਧਾ ਕੁ ਮਿੰਟ ਖੜੀ ਰਹੀ। ਤੁਸੀਂ ਰੋਜ਼ ਗੁਰਦੁਆਰੇ ਜਾਇਆ ਕਰੋ। ਤੁਹਾਡੀ ਨੌਕਰੀ ਬਹਾਲ ਹੋ ਜਾਏਗੀ। ਉਹ ਜਿਵੇਂ ਕਿਸੇ ਪਵਿੱਕ ਬਾਣੀ ਚ ਬੋਲੀ ਹੋਵੇ ਤੇ ਨਾਲੇ ਸ਼ਰਾਬ ਵੀ ਛੁੱਟ ਜਾਏਗੀ। ਉਹਨੇ ਜਿਵੇਂ ਆਪਣੀ ਪਤਨੀ ਦੇ ਪਵਿੱਕ ਬਾਣੀ ਪੂਰੀ ਕੀਤੀ ਹੋਵੇ। ਧੰਨਵਾਦ।